ਇਹ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਪਰੇਸ਼ਾਨ ਤੇ ਪੁਲਿਸ ਦੇ ਇੱਕ ਵੱਡੇ ਅਫਸਰ ਦੇ ਵਤੀਰੇ ਨੂੰ ਦੇਖ ਦੰਗ ਰਹਿ ਜਾਓਗੇ। ਕਬਜ਼ਾ ਛੁਡਵਾਉਣ ਗਏ ਜਿਸ ਵੱਡੇ ਅਫਸਰ ਨੇ ਜਨਾਨੀਆਂ ਸਾਹਮਣੇ ਅਜਿਹਾ ਮਾੜਾ ਕੰਮ ਕੀਤਾ ਕਿ ਦੇਖ ਤੇ ਸੁਣ ਕੇ ਜਨਾਨੀਆਂ ਨੂੰ ਪਾਣੀ ਪਾਣੀ ਹੋਣਾ ਪਿਆ। ਮਾਮਲਾ ਜਲੰਧਰ ਦਾ, ਜਿੱਥੇ ਇੰਪਰੂਵਮੈਂਟ ਟਰੱਸਟ ਵੱਲੋਂ ਲਤੀਫਪੁਰਾ ਇਲਾਕੇ 'ਚ ਛੁਡਵਾਏ ਜਾ ਰਹੇ ਨਾਜਾਇਜ਼ ਕਬਜ਼ੇ ਦੇ ਦੌਰਾਨ ਪਹੁੰਚੇ DCP ਜਸਕਰਨ ਸਿੰਘ ਤੇਜਾ ਨੇ ਬਹਿਸ ਕਰ ਰਹੇ ਨੌਜਵਾਨ ਨੂੰ ਗੁੱਸੇ 'ਚ ਆ ਉਸ ਦੀ ਇਹ ਪਰਿਵਾਰ ਦੀਆਂ ਔਰਤਾਂ ਦੇ ਸਾਹਮਣੇ ਹੀ ਅਜਿਹੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਕਿ ਪਾਣੀ ਪਾਣੀ ਹੋ, ਔਰਤਾਂ ਬਸ ਹੱਥ ਹੀ ਜੋੜਦੀਆਂ ਰਹਿ ਗਈਆਂ। ਤੁਸੀਂ ਦੱਸੋ ਉਹ ਕਿੱਥੇ ਸੀ ਤੁਸੀਂ? ਚਲੋ ਆਪਾਂ ਹੁਣ ਸਾਰੇ ਇੱਕ ਟਾਈਮਲਾਈਨ ਪੀਰੀਅਡ ਤੇ ਦੋ, ਥੋੜਾ ਜਿਹਾ ਟਾਈਮ ਸਮਾਨ ਚੁੱਕਣਾ। ਤੁਸੀਂ ਇਹ ਵੀ ਦੇਖ ਲੈਣਾ ਸਮਾਨ ਚੁੱਕਣਾ। ਇਹ ਮੇਰੀ ਸੁਣ ਲੈ ਪੰਜਾਬੀ ਚ, ਬਿਲਕੁਲ ਤੈਨੂੰ ਦੱਸ ਰਹੀ ਆ ਬੰਦਿਆਂ ਨੂੰ ਜੇ ਪਾ ਕੇ ਹੱਥ ਨੂੰ ਬਾਹਰ ਮਾਰੂਗਾ ਤੇ ਤੂੰ ਕਿ ਤਰ ਫਰੇਗਾ। ਤੈਨੂੰ ਟਾਈਮ ਦਿੱਤਾ 10 ਮਿੰਟ, ਜਿਹੜੇ ਵੀ ਜੁੱਲੀ ਚੱਕ ਕੇ ਬਾਹਰ ਕੀ ਲੈ ਕੇ ਜਾਵਾਂਗੇ ਸਾਨੂੰ ਕਾਨੂੰਨ ਸਿਖਾਉਂਦਾ। ਬੇਸ਼ੱਕ DCP ਕਾਨੂੰਨ ਦੀ ਪਾਲਣਾ ਕਰਦਾ ਆਪਣੀ ਡਿਊਟੀ ਨਿਭਾ ਰਿਹਾ ਸੀ, ਪਰ ਕੀ ਔਰਤਾਂ ਦੇ ਸਾਹਮਣੇ ਅਜਿਹੀ ਹਰਕਤ ਕਰਕੇ ਇਸ ਨੇ ਕੋਈ ਗੁਨਾਹ ਨਹੀਂ ਕੀਤਾ? ਸੋਚਣ ਵਾਲੀ ਗੱਲ ਹੈ। ਹਕੀਕਤ TV ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ। ਨਸੀਬ ਚਮਕਦੇ ਅਤੇ ਕਿਸਮਤ ਬਦਲਦੇ, ਦੇਰ ਨਹੀਂ ਲੱਗਦੀ। ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਬਾਬਾ ਵਸੀ ਜੀ 9880098828 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਕਦੋਂ ਬਦਲੇਗੀ ਤਕਦੀਰ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਪਰੇਸ਼ਾਨੀ ਜਿਵੇਂ ਪਿਆਰ ਚ ਧੋਖਾ, ਲਵ ਮੈਰਿਜ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਦਾ ਖਾਤਮਾ, ਪਤੀ ਪਤਨੀ ਚ ਝਗੜਾ, ਤਲਾਕ ਕੇਸ, ਵਿਦੇਸ਼ ਚ ਪੱਕੇ ਹੋਣਾ, ਕਰਜ਼ਾ ਮੁਕਤੀ, ਔਲਾਦ ਸੁੱਖ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ। ਧੋਖੇਬਾਜ਼ ਅਤੇ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਪਿਆਰ ਚ ਤੜਫਦਾ ਵੇਖੋ।